ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਾਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਕੇਜਰੀਵਾਲ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦਿਨਾ ਚਾਹੀਦਾ ਆ ਇੱਕ ਬਹੁਤ ਵੱਡਾ ਧੋਖਾ ਇਹ ਪੰਜਾਬ ਦੀ ਜਨਤਾ ਦੇ ਪਿੱਠ ਤੇ ਉਹਨਾਂ ਨੇ ਛੁਰਾ ਮਾਰਿਆ ਜਿਹੜਾ ਸਭ ਤੋਂ ਮਾੜੀ ਗੱਲ ਉਥੇ ਕਹੀ ਗਈ ਕਿ ਭਗਵੰਤ ਮਾਨ ਨੇ ਵੀ ਆਹ ਗੱਲ ਇਨਡੋਰਸ ਕੀਤੀ ਜੋ ਪੰਜਾਬ ਦਾ ਚੀਫ ਮਿਨਿਸਟਰ ਹੋਏ ਪਾਣੀਆਂ ਦੀ ਗੱਲ ਹੋਏ ਪਾਣੀ ਨੂੰ ਪੰਜਾਬ ਦੇ ਪਾਣੀ ਨੂੰ ਬਾਹਰ ਲਿਜਾਣ ਦਾ ਐਲਾਨ ਹੋਏ ਤੇ ਪੰਜਾਬ ਦਾ ਮੁੱਖ ਮੰਤਰੀ ਉੱਥੇ ਬੈਠਾ ਹੋਏ ਤੇ ਉਹਦੇ ਖਿਲਾਫ ਰਿਐਕਟ ਨਾ ਕਰੇ ਸਦੋਂ ਉਹਦੇ ਹਾਂ ਤੇ ਹਾਂ ਮਲਾਏ ਇਹ ਤੋਂ ਮਾੜੀ ਗੱਲ ਕੁਝ ਨਹੀਂ ਹੋ ਸਕਦੀ। ਭਗਵੰਤ ਮਾਨ ਜੀ ਤੁਹਾਨੂੰ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਬਣਾਇਆ 92 ਐਮਐਲਏ ਜਿਤਾਏ ਕੇਜਰੀਵਾਲ ਪਹਿਲੇ ਤੋਂ ਹੀ ਅਸੀਂ ਇਲੈਕਸ਼ਨ ਦੇ ਦੌਰਾਨ ਵੀ ਕਹਿੰਦੇ ਰਹੇ ਕਿ ਪੰਜਾਬ ਜੇ ਕੇਜਰੀਵਾਲ ਨੂੰ ਮੌਕਾ ਦੇ ਦਿੱਤਾ ਪੰਜਾਬ ਦਾ ਪਾਣੀ ਕੇਜਰੀਵਾਲ ਖੋ ਕੇ ਲੈ ਜਾਊਗਾ ਕਿਉਂਕਿ ਕਈ ਵਾਰ ਕੇਜਰੀਵਾਲ ਨੇ ਦਿੱਲੀ ਤੇ ਹਰਿਆਣਾ ਵਿੱਚ ਬਿਆਨ ਦਿੱਤੇ ਕਿ ਹਰਿਆਣੇ ਤੋਂ ਤੇ ਦਿੱਲੀ ਨੂੰ ਪਾਣੀ ਚਾਹੀਦਾ ਹੈ ਇਸ ਵਲ ਕਨਾਲ ਬਣਾਈ ਜਾਏ ਅੱਜ ਉਹੀ ਬਿਆਨ ਫਿਰ ਤੋਂ ਦਿੱਤਾ ਤੇ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਬਲਾ ਬਿਠਾਇਆ ਮੈਂ ਅੱਜ ਸਪਸ਼ਟ ਕਰਨਾ ਚਾਹੁੰਦਾ ਸੋਮਨੀ ਕਾਲੀ ਦਲ ਦੇ ਸਰਕਾਰ ਦੇ ਦੌਰਾਨ ਸਮੂਚੀ ਕੈਬਨਿਟ ਨੇ ਉਹਦੇ ਬਾਅਦ ਵਿਧਾਨ ਸਭਾ ਨੇ ਪੂਰਾ ਰੈਜ਼ੋਲੂਸ਼ਨ ਐਕਟ ਪਾਸ ਕੀਤਾ ਜਿਹਦੇ ਰੈਂਕ ਪੂਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਾਵਨਾ ਪੰਜਾਬ ਦੇ ਲੋਕਾਂ ਦੀ ਜਿਹੜੀ ਦਿਲ ਦੀ ਗੱਲ ਆ ਉਹ ਅਸੀਂ ਪਬਲਿਕ ਕੀਤੀ ਜਿੱਥੇ ਕਿਹਾ ਗਿਆ ਕਿ ਪੰਜਾਬ ਕੋਲੇ ਇੱਕ ਬੂੰਦ ਪਾਣੀ ਸਪੇਅਰ ਨਹੀਂ ਹੈ ਦੇਣ ਕਿਸੇ ਨੂੰ ਸਦੋਂ ਕਿ ਪੰਜਾਬ ਦਾ ਪਾਣੀ ਖੋਇਆ ਗਿਆ ਤੇ ਪੰਜਾਬ ਦਾ ਪਾਣੀ ਖੋਣ ਵਾਲੀ ਕੱਲੀ ਕਾਂਗਰਸ ਸਰਕਾਰ ਹੈ 인ਦਰਾ ਗਾਂਧੀ ਨੇ ਪਹਿਲੇ ਰਾਜਸਥਾਨ ਕਨਾਲ ਕੱਢ ਕੇ ਪੰਜਾਬ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਉਹਦੇ ਬਾਅਦ 인ਦਰਾ ਗਾਂਧੀ ਫਿਰ ਜਦੋਂ ਅਗਲੀ ਵਾਰ ਸਰਕਾਰ ਆਈ ਦਰਬਾਰਾ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਉਹਨੂੰ ਮਜਬੂਰ ਕਰਕੇ ਉਹਦੇ ਸਿਰ ਤੇ ਪਿਸਤੌਲ ਰੱਖ ਕੇ ਐਸਆਈਐਲ ਨਹਿਰ ਦੀ ਮਨਜ਼ੂਰੀ ਦਿੱਤੀ ਤੇ ਪੰਜਾਬ ਦਾ ਪਾਣੀ ਖੋਣ ਲੱਗੀ ਆ ਤਾਂ ਸ਼ਰੋਮਨੀ ਕਾਲੀਦਲ ਸੀ ਉਦੋਂ ਹੀ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਨਹਿਰ ਕੱਢਣ ਵਾਸਤੇ ਸ਼ਰੋਮਰੀ ਕਾਲੀਦਲ ਨੇ ਸੰਘਰਸ਼ ਸ਼ੁਰੂ ਕੀਤਾ ਤੇ ਅੱਜ ਪੰਜਾਬ ਦੀ ਐਸਆਈਐਲ ਕਨਾਲ ਨਹੀਂ ਬਣੀ ਬਾਦਲ ਸਾਹਿਬ ਨੇ ਆਪਣੇ ਸਮੇਂ ਐਕਟ ਪਾਸ ਕਰਕੇ ਐਸਵਾਈਐਲ ਕਨਾਲ ਦੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਸੀ ਉਹ ਵੀ ਲੋਕਾਂ ਨੂੰ ਦੇਤੀ ਐਸ ਕਰਕੇ ਬਿਗੈਰ ਪੈਸੇ ਤੋਂ ਸੋ ਐਸਵਾਈਐਲ ਕਨਾਲ ਵਾਸਤੇ ਪਹਿਲੀ ਗੱਲ ਐਸਵਾਈਐਲ ਨਹਿਰ ਪੰਜਾਬ ਦੀ ਧਰਤੀ ਤੋਂ ਨਹੀਂ ਨਿਕਲ ਸਕਦੀ ਆ ਸ਼ਰੋਮਨੀ ਕਾਲੀ ਦਲ ਦਾ ਇਲਾਜ ਆ ਭਾਵੇਂ ਸਾਡੀ ਜਾਨ ਚਲ ਜਾਈ ਮੈਂ ਇੱਕ ਬੁੱਕ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਆਪਣੀ ਕੁਰਸੀ ਖਾਤਰ ਪੰਜਾਬ ਦੇ ਪਿੱਟ ਤੇ ਸ਼ੁਰਾਣਾ ਮਾਰੋ ਮੈਂ ਪਿਛਲੇ 2-3 ਮਹੀਨਿਆਂ ਚ ਦੇਖ ਰਿਹਾ ਭਗਵੰਤ ਮਾਨ ਲਗਾਤਾਰ ਕੇਜਰੀਵਾਲ ਦੇ ਕਹਿਣ ਤੇ ਇਸ਼ਾਰੇ ਤੇ ਉਹ ਚੱਲ ਰਿਹਾ ਹੈ ਆਹ ਨਹੀਂ ਦੇਖ ਰਿਹਾ ਕਿ ਪੰਜਾਬ ਦੇ ਹੱਕ ਚ ਕਿਹੜੀ ਚੀਜ਼ ਹੈ ਕਿਹੜੀ ਨਹੀਂ ਹੈ ਕੇਜਰੀਵਾਲ ਹਰਿਆਣੇ ਚ ਇਲੈਕਸ਼ਨ ਲੜਨਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਤਗੜਾ ਕਰਨਾ ਚਾਹੁੰਦਾ ਕੇਜਰੀਵਾਲ ਹੁਣ ਭਗਵੰਤ ਮਾਨ ਦੇ ਨੂੰ ਕਹਿ ਕੇ ਆਪਣੀਆਂ ਗੱਲਾਂ ਜਿਵੇਂ ਚਾਹੁੰਦਾ ਉਵੇਂ ਮਨਾ ਰਿਹਾ ਹੈ ਮੈਨੂੰ ਪਰ ਤੁਹਾਨੂੰ ਸਾਹਮਣੇ ਹੀ ਗੱਲ ਹੋਈ ਹੈ ਇੱਕ ਮਹੀਨਾ ਪਹਿਲੇ ਭਗਵਾਨ ਤਮਨ ਨੇ ਕਿਹਾ ਕਿ ਇੱਕ ਸਾਨੂੰ ਵੀ ਜ਼ਮੀਨ ਚਾਹੀਦੀ ਹੈ ਹਾਈ ਕੋਰਟ ਵਾਸਤੇ ਚੰਡੀਗੜ੍ਹ ਵਾਸਤੇ ਜਦੋਂ ਚੰਡੀਗੜ੍ਹ ਹੀ ਪੰਜਾਬ ਦਾ ਹਾਈ ਕੋਰਟ ਹੀ ਪੰਜਾਬ ਦਾ ਸੈਕਟਰੀਰੀ ਹੀ ਪੰਜਾਬ ਦਾ ਲਗਾਤਾਰ ਵਿਧਾਨ ਸਭਾ ਵੀ ਪੰਜਾਬ ਦਾ ਤੇ बार-बार ਮੁੱਖ ਮੰਤਰੀ ਇਹ ਜੇ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਸਟੇਟ ਦੇ ਕੇਸ ਕਮਜ਼ੋਰ ਕਰਦਾ ਹੈ ਇਹਦੇ ਬਗਰ ਇੱਕ ਵੱਡੀ ਸਾਜ਼ਿਸ਼ ਹੈ ਉਹ ਉਹ ਜਿਹੜੀ ਕੌਨਸਪਰੇਸੀ ਦਾ ਲੀਡਰ ਹੈ ਅਰਵਿੰਦ ਕੇਜਰੀਵਾਲ ਤੋਂ ਮੈਂ ਅੱਜ ਅਰਵਿੰਦ ਕੇਜਰੀਵਾਲ ਨੂੰ ਕਹਿਣਾ ਚਾਹਣਾ ਹੈ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਹਰਿਆਣਾ ਜਾਊਗਾ ਨਾ ਕਿਤੇ ਹੋਰ ਜਾਊਗਾ ਦੇਸ਼ ਦਾ ਇੱਕ ਕਾਨੂੰਨ ਹੈ ਪਾਣੀ ਰਿਪੇਰੀਅਨ ਰਾਈਟਸ ਨਹੀਂ ਵੰਡਿਆ ਜਾਂਦਾ ਹਰਿਆਣਾ ਰਾਜਸਥਾਨ ਦਿੱਲੀ ਨੌਨ ਰਿਪੇਰੀਅਨ ਸਟੇਟ ਹੈ ਸੋ ਜਰ ਮੀਟਿੰਗ ਹੁੰਦੀ ਹੈ ਕੱਲੀ ਰਪੇਨ ਰਾਈਟ ਸਟੇਟਸ ਵਾਲੀ ਦੀ ਮੀਟਿੰਗ ਹੋ ਸਕਦੀ ਹੈ ਮੈਂ ਭਗਵਾਨ ਤਮਨ ਨੂੰ ਕਹਿਣਾ ਚਾਹਣਾ ਹੈ ਹਰਿਆਣਾ ਸਰਕਾਰ ਨਾਲ ਦਿੱਲੀ ਸਰਕਾਰ ਨਾਲ ਤੁਹਾਨੂੰ ਮੀਟਿੰਗ ਕਰਨ ਦੀ ਲੋੜ ਨਹੀਂ ਹੈ ਜਾਣਾ ਨਹੀਂ ਚਾਹੀਦਾ ਜੇ ਤੁਸੀਂ ਜਾਓਗੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਪਿੱਠ ਤੇ ਛੁਰਾ ਮਾਰਨ ਲੱਗੇ ਹੋ ਤੇ ਜੋ ਪੰਜਾਬ ਦੀ ਜਨਤਾ ਕਿਤੇ ਬਰਦਾਸ਼ਤ ਨਹੀਂ ਕਰੂਗੀ ਨਾ ਸ਼੍ਰੋਮਣੀ ਅਕਾਲੀ ਦਲ ਨਾ ਕੋਈ ਹੋਰ ਪੰਜਾਬ ਦੇ ਲੋਕ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦੇਣਾ ਚਾਹਣਾ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਭਗਵੰਤ ਮਾਨ ਨੂੰ ਕਿ ਪੰਜਾਬ ਦੀ ਜਨਤਾ ਕਿਤੇ ਬਰਦਾਸ਼ਤ ਨਹੀਂ ਕਰੂਗੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਦੀ ਜਨਤਾ ਦੀ ਆਵਾਜ਼ ਤੁਹਾਨੂੰ ਦੱਸ ਰਿਹਾ ਹੈ ਕਿ ਪੰਜਾਬ ਦਾ ਇੱਕ ਇੱਕ ਬੱਚਾ ਸੰਘਰਸ਼ ਕਰੂਗਾ ਜੇ ਕੇਂਦਰੀਵਾਲੀ ਸਰਕਾਰ ਤੱਕੇ ਨਾਲ ਕੋਈ ਐਜੀ ਕਦਮ ਚੁੱਕੂਗੀ ਤੇ ਇਸ ਕਰਕੇ ਮੈਂ ਫਿਰ ਤੋਂ ਅਕਾਲੀ ਦਲ ਦਾ ਸਟੈਂਡ ਤੇ ਸਮੁੱਚੇ ਪੰਜਾਬੀਆਂ ਦਾ ਸਟੈਂਡ ਕਲੀਅਰ ਕਰਨਾ ਚਾਹੁੰਦਾ ਹੈ ਪੰਜਾਬ ਕੋਲੇ ਇੱਕ ਬੂੰਦ ਪਾਣੀ ਨਹੀਂ ਨਾ ਅਸੀਂ ਕੋਈ ਐਸਆਈਐਲ ਦੀ ਮੀਟਿੰਗ ਜਾਣਾ ਚਾਹੀਦਾ ਹੈ ਜਾਣ ਦਾ ਫਾਇਦਾ ਤਾਂ ਹੈ ਜੇ ਕਿਸੇ ਕੋਲੇ ਕੋਈ ਦੇਣ ਨੂੰ ਕੋਈ ਚੀਜ਼ ਹੋਏ ਜੇ ਤੁਹਾਡੇ ਕੋਲੇ ਕੋਈ ਦੇਣ ਨੂੰ ਚੀਜ਼ ਨਹੀਂ ਫਿਰ ਮੀਟਿੰਗ ਚ ਜਾਣਾ ਮਤਲਬ ਤੁਸੀਂ ਆਪਣਾ ਸਟੇਟ ਦਾ ਇੰਟਰਸਟ ਕੰਪਰੋਮਾਈਜ਼ ਕਰ ਰਹੇ ਹੋ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸ੍ਰੀ ਕੋ ਕੈਡਮੀਕੀ ਸੈਂਟਰ ਡਿਸਾਈਡ ਕਰੇ ਕਿ ਕੀ ਕਰਨਾ ਹੈ ਹਰਿਆਣਾ ਦੇ ਪੰਜਾਬ ਨੂੰ ਸੈਂਟਰ ਦੀ ਕੋਈ ਲੋੜ ਨਹੀਂ ਡਿਸਾਈਡ ਕਰਨ ਦੀ ਕਿਉਂਕਿ ਜੇ ਮੇਰੇ ਕੋਲੇ ਕੋਈ ਚੀਜ਼ ਦੇਣ ਨੂੰ ਨਹੀਂ ਹੈ ਧੱਕੇ ਨਾਲ ਫਿਰ ਤੁਸੀਂ ਮੀਟਿੰਗ ਕਰ ਕਿਸ ਵਾਸਤੇ ਮੀਟਿੰਗ ਨਾ ਧੱਕੇ ਨਾਲ ਕੋਈ ਨਾ ਸੈਂਟਰ ਕਰ ਸਕਦਾ ਨਾ ਕੋਈ ਹਰਿਆਣਾ ਕਰ ਸਕਦਾ ਕਿਉਂਕਿ ਪੰਜਾਬ ਕੋਲੇ ਇੱਕ ਬੂੰਦ ਪਾਣੀ ਨਹੀਂ ਹੈ ਨਾ ਅਸੀਂ ਕੋਈ ਇੱਕ ਜਦਾਊਗਾ ਪਾਣੀ ਉਹ ਅਸੀਂ ਜਿਵੇਂ ਜੇ ਇਹਨਾਂ ਨੇ ਧੱਕਾ ਕੀਤਾ ਹਰ ਕੁਰਬਾਨੀ ਦੇਣ ਨੂੰ ਸ਼੍ਰੋਮਣੀ ਕਾਲੀ ਦਲ ਤਿਆਰ ਹੈ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਸ਼ੋਰ ਹੈ ਸਾਰਾ ਕੁਝ ਹੀ ਦਿੱਲੀ ਚੱਲ ਰਿਹਾ ਹੈ ਕੇਜਰੀਵਾਲ ਹਰਿਆਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਚ ਲੈ ਕੇ ਜਾ ਰਿਹਾ। ਉੱਥੇ ਬਿਠਾ ਕੇ ਬਿਆਨ ਦਵਾਰ ਦੇ ਰਿਹਾ ਕਿ ਪੰਜਾਬ ਚ ਪਾਣੀ ਸਾਨੂੰ ਹਰਿਆਣਾ ਚਾਹੀਦਾ। ਤੇ ਨਾਲ ਕਿ ਆ ਭਗਵੰਤ ਮਾਨ ਬੈਠਾ ਹੈ ਤੇ ਭਗਵੰਤ ਮਾਨ ਆਪ ਕਹਿ ਰਿਹਾ ਕਿ ਹਾਂ ਮੈਂ ਮੀਟਿੰਗ ਜਾਊਂਗਾ। ਇਹਦਾ ਮਤਲਬ ਕੀ ਹੈ? ਸਾਰੀ ਗੇਮ ਪਲਾਨ ਬਣ ਰਹੀ ਹੈ ਹਰਿਆਣਾ ਇਲੈਕਸ਼ਨ ਵਾਸਤੇ। ਆ ਕੇਜਰੀਵਾਲ ਇੱਕ ਬਹੁਤ ਵੱਡਾ ਧੋਖੇਬਾਜ਼ ਹੈ। ਉਹਦਾ ਇੰਟਰਸਟ ਕੋਈ ਪੰਜਾਬ ਨਹੀਂ। ਅਸੀਂ ਪਹਿਲੇ ਵੀ ਕਿਹਾ ਸੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਉਹੀ ਗੱਲ ਸਾਹਮਣੇ ਆ ਗਈ ਹੈ ਤੇ ਵੱਡਾ ਪ੍ਰੂਫ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਹਿਸਾਰ ਪ੍ਰੈਸ ਕਾਨਫਰੰਸ ਕੀਤੀ ਹੈ ਦਿਖਾਉਣ ਵਾਸਤੇ ਕਿ ਹਰਿਆਣੇ ਦੇ ਲੋਕਾਂ ਨੂੰ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਮੇਰੇ ਨਾਲ ਹੈ ਜੋ ਮੈਂ ਕਹੂੰਗਾ ਕਰੂਗਾ ਤੇ ਭਗਵੰਤ ਮਾਨ ਤੋਂ ਕਹਾਇਆ ਵੀ ਹੈ ਕਿ ਮੈਂ ਜਿੱਥੇ ਕਹੂੰਗੇ ਮੈਂ ਦਿੱਲੀ ਮੀਟਿੰਗ ਕਰਨ ਨੂੰ ਤਿਆਰ ਹਾਂ ਤਾਰੀ ਮੁਲਾਜ਼ਮਾ ਦੀਆਂ ਰੌਲੇ ਰੱਪਾ ਉਹ ਅੱਜ ਇਸ਼ੂ ਨਹੀਂ ਹੈ ਉਹ ਅਸੀਂ ਬਾਅਦ ਚ ਡਿਸਕਸ ਕਰਾਂਗੇ ਐਕਸਾਈਜ਼ ਵਾਲਿਆਂ ਤੇ ਰੇਡ ਹੋਈ ਹੈ ਉਹ ਇਸ਼ੂ ਤੁਸੀਂ ਚੱਕਿਆ ਮੈਂ ਉਹੀ ਗੱਲ ਕਹੀ ਸੀ ਕਿ ਸਾਰਾ ਕੋਸ਼ਿਸ਼ ਦਿੱਲੀ ਸਰਕਾਰ ਕਰ ਰਹੀ ਹੈ ਐਕਸਾਈਜ਼ ਪਾਲਿਸੀ ਦੇ ਅਸੀਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਕੇਜਰੀਵਾਲ ਤੇ ਸੋਧੀਆਂ ਨੇ ਬਣਾਈ ਹੈ ਤੁਹਾਡੇ ਸਾਹਮਣੇ ਹੋ ਗਿਆ ਅੱਜ ਈਡੀ ਨੇ ਰੇਡ ਮਾਰੀ ਹੈ ਮੈਨਾਂ ਜਲਦੀ ਹੀ ਆ ਭਗਵੰਤ ਮਾਨ ਇਹਨਾਂ ਦਾ ਐਕਸਾਈਜ਼ ਮਿਨਿਸਟਰ ਪੰਜਾਬ ਦੇ ਅਫਸਰ ਸੋਧੀਆਂ ਸਾਰੇ ਅੰਦਰ ਜਾਣਗੇ ਕਿਉਂਕਿ ਸਭ ਤੋਂ ਵੱਡਾ 500 ਕਰੋੜ ਰੁਪਏ ਦਾ ਕਬਲਾ ਇਹਨਾਂ ਨੇ ਕੀਤਾ ਬਾਲ ਜੀ ਮੈਂ ਵੀ ਅੰਦਰ ਜਾ ਸਕਦਾ ਥੈਂਕ ਯੂ ਤੁਸੀਂ ਆ ਜਾਓ